ਪੁਲਵਾਮਾ ਅੱਤਵਾਦੀ ਹਮਲੇ ਬਾਰੇ ਸਾਰੇ ਦੇਸ਼ ਕਹਿ ਰਹੇ ਨੇ ਕਿ ਇਸ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਹੈ, ਪਰ ਦੂਜੇ ਪਾਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਮਲੇ ਤੇ ਅਫਸੋਸ ਤਾਂ ਕੀ ਜਤਾਉਣਾ ਹੈ, ਉਲਟਾ ਭਾਰਤ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਇਸ ਤੇ ਹੁਣ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਇਮਰਾਨ ਖਾਨ ਦੀ ਚੰਗੀ ਲਾਪਾ ਕੀਤੀ ਹੈ। ਇਸ ਦੇ ਨਾਲ ਹੀ ਬੈਂਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਤਵਾਦ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਦੀ ਗਿੱਦੜ ਧਮਕੀ ਤੋਂ ਸਾਡਾ ਦੇਸ਼ ਡਰਨ ਵਾਲਾ ਨਹੀਂ, ਦੇਸ਼ ਦੇ ਲੋਕ ਡਰਨ ਵਾਲੇ ਨਹੀਂ ਅਤੇ ਦੇਸ਼ ਦੀ ਬਹਾਦਰ ਸੂਰਬੀਰ ਫੌਜ ਸੈਨਿਕ ਡਰਨ ਵਾਲੇ ਨਹੀਂ ਗੇ। ਇਹ ਉਹੀ ਦੇਸ਼ ਆ ਪਾਕਿਸਤਾਨ ਜਿਹਨੂੰ ਪਹਿਲਾਂ ਇੱਕ ਵਾਰੀ ਹਿੰਦੁਸਤਾਨ ਦੇ ਸੈਨਿਕ ਧੂੜ ਚਟਾ ਹਟੇ ਆ, ਫੜ ਕੇ ਚੋਗਿਲ ਨਹਿਰ ਤੱਕ ਲੈ ਗਏ ਸੀ, ਲਾਹੌਰ ਤੱਕ ਲੈ ਗਏ ਸੀ, ਲਾਹੌਰ ਤੱਕ ਹਿੰਦੁਸਤਾਨ ਦੇ ਸੈਨਿਕ ਸੂਰਬੀਰ ਫੌਜੀਆਂ ਨੇ ਜਿੱਤ ਲਿਆ ਸੀ। ਇਹ ਤਾਂ ਸਾਡੇ ਲੀਡਰਾਂ ਦੀ ਬਾਤ ਦੇ ਵਿੱਚ ਬਦਕਿਸਮਤੀ ਕਹਿ ਲਈਏ, ਮਾੜੀ ਨੀਅਤ ਕਹਿ ਲਈਏ, ਵਾਪਸ ਕਰਤਾ ਸੀ। ਨਰਿੰਦਰ ਮੋਦੀ ਸਾਹਿਬ 2014 ਦੇ ਵਿੱਚ ਇੱਦਾਂ ਕਰਕੇ ਦਿਖਾਉਂਦੇ ਸੀ ਵੀ 56 ਇੰਚ ਸੀਨਾ ਪਾਕਿਸਤਾਨ ਨੂੰ, ਮੈਂ ਪਾਕਿਸਤਾਨ ਦੀ ਔਕਾਤ ਦਿਖਾ ਦੂੰਗਾ। ਅੱਜ ਵੇਲਾ ਪਾਕਿਸਤਾਨ ਨੂੰ ਪਾਕਿਸਤਾਨ ਦੀ ਔਕਾਤ ਦਿਖਾਉਣ ਦਾ, ਕਿੰਨੇ ਦੇਰ ਅਸੀਂ ਆਪਣੇ ਸੂਰਬੀਰ ਸੈਨਿਕ ਜਿਹੜੇ ਆ ਉਹ ਸ਼ਹੀਦ ਕਰਾਉਂਦੇ ਰਹਾਂਗੇ, ਕਿੰਨੀ ਦੇਰ ਤੱਕ ਅਸੀਂ ਸ਼ਹੀਦ ਸੈਨਿਕਾਂ ਦੀਆਂ ਡੈੱਡ ਬਾਡੀਆਂ ਦੇ ਨਾਲ ਉਹ ਕੈਸਾ ਮਾੜਾ ਭੱਦਾ ਵਿਵਹਾਰ ਕਰਦੇ, ਕਿੰਨੀ ਦੇਰ ਤੱਕ ਟੋਲਰੇਟ ਕਰਾਂਗੇ। ਸੋ ਹੁਣ ਇਹ ਜਿਹੜਾ ਸਬਰ ਦਾ ਪਿਆਲਾ ਭਰ ਗਿਆ ਹੋਇਆ। ਬੈਂਸ ਨੇ ਨਵਜੋਤ ਸਿੱਧੂ ਦਾ ਪੱਖ ਲੈਂਦੇ ਹੋਏ ਕਿਹਾ ਕਿ ਸਿੱਧੂ ਦੇ ਬਿਆਨ ਤੇ ਅਕਾਲੀ ਦਲ ਤੇ ਭਾਜਪਾ ਬਿਨਾਂ ਗੱਲ ਤੋਂ ਸਿਆਸਤ ਕਰ ਰਹੀ ਹੈ। ਜਿਹੜੀ ਪੋਸਟਰਾਂ ਦੇ ਉੱਤੇ ਕਾਲਖ ਜੇ ਉਹ ਇਹ ਤਾਂ ਪੋਲੀਟੀਕਲ ਸਟੰਟ ਹੈਗੇ ਆ, ਬੀਜੇਪੀ ਵਾਲੇ ਲੱਗੇ ਹੋਏ ਆ ਖਾਮ ਖਾਈ। ਪਹਿਲਾਂ ਆਪਣੇ ਮੋਦੀ ਨੂੰ ਤਾਂ ਸਮਝਾਉਣ ਬੀਜੇਪੀ ਵਾਲੇ ਜਾ ਕੇ, ਮੋਦੀ ਸਾਹਿਬ ਨੂੰ ਕਿਉਂ ਨਹੀਂ ਕਹਿੰਦੇ ਕਿ 2014 ਦੇ ਵਿੱਚ 56 ਇੰਚ ਦਾ ਸੀਨਾ ਪਾਕਿਸਤਾਨ ਨੂੰ ਔਕਾਤ ਦਿਖਾਉਣ ਵਾਸਤੇ ਉਹ ਕਿੱਥੇ ਆ? ਸਿੱਧੂ ਦੀਆਂ ਫੋਟੋਆਂ ਦੇ ਉੱਤੇ ਜਿਹੜੀ ਕਾਲ ਸਮਲਣੀ, ਇਹ ਤਾਂ ਐਵੇਂ ਨੌਟੰਕੀ ਹੈ ਇਹਨਾਂ ਦੀ, ਹੋਰ ਕੁਛ ਨਹੀਂ ਹੈਗਾ। ਬਾਦਲ ਜਿਹੜੇ ਖਤਮ ਹੋਣ ਦੀ ਕਗਾਰ ਤੇ ਬੈਠੇ ਆ ਤੇ ਨਾਲ ਬੀਜੇਪੀ ਰਲੀ ਹੋਈ। ਅੱਗੇ ਬੈਂਸ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਇਹ ਗੱਲ ਹੁਣ ਜੱਗ ਜ਼ਾਹਰ ਹੋ ਚੁੱਕੀ ਹੈ ਕਿ ਅਕਾਲੀ ਤੇ ਕਾਂਗਰਸੀ ਆਪਸ 'ਚ ਰਲੇ ਹੋਏ ਨੇ। ਉਹ ਕੱਲ੍ਹ ਦੀ ਜਿਹੜੀ ਸਾਰੀ ਗਰਮਾ ਗਰਮੀ ਹੋਈ ਆ ਉਹਦੇ ਵਿੱਚ ਇੱਕ ਗੱਲ ਸਾਫ਼ ਤੇ ਸਪਸ਼ਟ ਹੋ ਗਈ, ਜਿਹੜੀ ਗੱਲ ਅਸੀਂ ਕਹਿੰਦੇ ਸੀ ਨਾ ਵੀ ਕੈਪਟਨ ਤੇ ਬਾਦਲ ਆਪਸ 'ਚ ਰਲੇ ਹੋਏ ਆ, ਕੱਲ੍ਹ ਉਹ ਗੱਲ ਲਾਈਵ ਪੰਜਾਬ ਵਿਧਾਨ ਸਭਾ ਦੇ ਅੰਦਰ ਕਾਂਗਰਸ ਪਾਰਟੀ ਦੇ ਕੈਬਨਿਟ ਵਜ਼ੀਰਾਂ ਨੇ ਕਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤੁਸੀਂ ਬਾਦਲਾਂ ਦੇ ਨਾਲ ਸੰਧੀ, ਇੱਕ STF ਦੀ ਰਿਪੋਰਟ ਦੇ ਵਿੱਚ ਬਣਿਆ ਹੋਇਆ ਦੋਸ਼ੀ ਚਿੱਟੇ ਦਾ ਸਭ ਤੋਂ ਵੱਡਾ ਸਮਗਲਰ ਮਜੀਠੀਆ ਖੜ ਕੇ ਸਰਕਾਰ ਨੂੰ ਦਬਕੇ ਮਾਰ ਰਿਹਾ, ਕਿਹਦੀ ਸ਼ਹਿ ਦੇ ਉੱਤੇ? ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ਦੇ ਉੱਤੇ ਇਹ ਰਲੇ ਹੋਏ ਆਪਸ ਦੇ ਵਿੱਚ। ਅੱਗੇ ਤਾਂ ਅਪੋਜੀਸ਼ਨ ਕਹਿੰਦੀ ਸੀ, ਹੁਣ ਕਾਂਗਰਸ ਪਾਰਟੀ ਦੇ ਕੈਬਨਿਟ ਰੈਂਕ ਦੇ ਵਜ਼ੀਰਾਂ ਨੇ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੂੰਹ ਦੇ ਉੱਤੇ ਇਹ ਗੱਲ ਕਹੀ ਹੈ। ਕਾਂਗਰਸ ਪਾਰਟੀ ਦੇ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਪਾਟੋ ਤਾੜ ਹੋਈ ਹੋਈ ਹੈ। ਇੱਕ ਧੜਾ ਜਿਹੜਾ ਉਹ ਬਾਦਲ ਦੇ ਨਾਲ ਸੰਧੀ ਕਰਕੇ ਬਾਦਲਾਂ ਨੂੰ ਬਚਾਉਣਾ ਚਾਹੁੰਦਾ, ਮਜੀਠੀਆ ਉਹਨਾਂ ਵਾਸਤੇ ਹੀਰੋ ਬਣਿਆ ਹੋਇਆ, BDB ਕੈਪਟਨ ਅਮਰਿੰਦਰ ਸਿੰਘ BDB ਨੇ, ਬਿਗ ਡੈਡ ਆਫ ਵਿਕਰਮ, ਇਸ ਕਰਕੇ ਵਿਕਰਮ ਜਿਹੜਾ ਅੰਦਰ ਕਾਂਗਰਸੀਆਂ ਨੂੰ ਦਬਕੇ ਮਾਰ ਰਿਹਾ। ਇਸ ਦੇ ਨਾਲ ਹੀ ਸਿਮਰਜੀਤ ਬੈਂਸ ਨੇ ਸੁਖਪਾਲ ਖਹਿਰਾ ਵੱਲੋਂ ਫੌਜ ਤੇ ਦਿੱਤੇ ਬਿਆਨ ਤੇ ਖਹਿਰਾ ਨੂੰ ਨਸੀਹਤ ਦਿੱਤੀ ਹੈ। ਪੁਲਵਾਮਾ ਹਮਲੇ ਦਾ ਪਾਕਿਸਤਾਨ ਤੋਂ ਬਦਲਾ ਲੈਣ ਲਈ ਹਰ ਕੋਈ ਕੇਂਦਰ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਪਾਕਿਸਤਾਨ ਦੇ ਖਿਲਾਫ ਸਖ਼ਤ ਕਾਰਵਾਈ ਕਰਕੇ ਸਬਕ ਸਿਖਾਇਆ ਜਾਵੇ। ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ।